बहन दोस्तों मैं प्रीतम सिंह प्रीतम फिटारमिदा फाउंडर एंड इंस्ट्रक्टर दोस्तों जमे की थोनू पता ही है आपा ਤੁਹਾਡੇ ਲਈ ਹਰ ਰੋਜ਼ ਇੱਕ ਨਵੀਂ ਤੁਹਾਨੂੰ ਵੀ ਵੀਡੀਓ ਲੈ ਕੇ ਆਨੇ ਪੰਜਾਬ ਪੁਲਿਸ ਭਰਤੀ ਰਿਗਾਰਡਿੰਗ ਹੋਵੇ ਚਾਹੇ ਆਰਮੀ ਦੀ ਰਿਗਾਰਡਿੰਗ ਹੋਵੇ ਤਾਂ ਦੋਸਤੋ ਅੱਜ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜੋ ਅਪਡੇਟ ਹੈ ਇਹ ਲੈ ਕੇ ਆਇਆ ਤੇ 100% ਅਫੀਸ਼ੀਅਲ ਨੋਟੀਫਿਕੇਸ਼ਨ ਹੈ ਜਿਵੇਂ ਕਿ ਤੁਸੀਂ ਨੋਟੀਫ ਥੰਬਨੇਲ ਤੋਂ ਦੇਖ ਹੀ ਲਿਆ ਕਿ ਜੇਰ ਬੋਰਡਮ ਭਰਤੀ ਦਾ ਕਾਉਂਸਲਿੰਗ ਜਿਹੜੀ ਉਹ ਰੱਦ ਕਰ ਦਿੱਤੀ ਹੈ ਦੇ ਤੁਹਾਨੂੰ ਦਿਖਾਣਿਆ ਇਹ ਤਾਂ ਪ੍ਰੂਫ ਕੀ ਹੈ ਤੁਸੀਂ ਇਹ ਸੱਚੂ ਰੱਦ ਹੈ ਜਾਂ ਕੀ ਸਭ ਕੁਝ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਦੋਸਤੋ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਕ ਸ਼ੋਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜ਼ਰੂਰ ਦਵਾ ਲਿਓ ਤਾਂ ਕਿ ਤੁਹਾਨੂੰ ਪੰਜਾਬ ਪੁਲਿਸ ਵਰਤੀ ਰਿਲੇਟਡ ਚਾਹੇ ਉਹ ਆਰਮੀ ਹੋਵੇ ਤਾਂ ਸਭ ਤੋਂ ਪਹਿਲਾ ਅਪਡੇਟ ਹੈ ਜਿਹੜੀ ਤੁਹਾਨੂੰ ਮੇਰੇ ਚੈਨਲ ਤੇ ਮਿਲ ਸਕੇ ਦੋਸਤੋ ਲੈ ਕੇ ਜਾਣਾ ਤੁਹਾਨੂੰ ਉਸ ਅਫੀਸ਼ੀਅਲ ਨੋਟੀਫਿਕੇਸ਼ਨ ਦੀ ਤਰਫ ਜੋ ਆਇਆ ਹੈ ਇਹ ਤੁਸੀਂ ਆਪਣੀ ਵੈਬਸਾਈਟ ਤੇ ਜਾ ਕੇ ਵੀ ਹੈ ਜਿਹੜਾ ਚੈੱਕ ਕਰ ਸਕਦੇ ਹੋ ਠੀਕ ਹੈ ਦੋਸਤੋ ਤੇ ਕੀ ਹੈ ਨੋਟੀਫਿਕੇਸ਼ਨ ਦੇਖੋ ਇਸ ਪਿਕ ਦੇ ਵਿੱਚ ਅਹ ਦੇਖ ਲਓ ਜੀ ਲਿਖਿਆ ਹੋਇਆ ਜਨਤਕ ਸੂਚਨਾ ਵਿਸ਼ਾ ਇਸ਼ਤਿਹਾਰ ਨੰਬਰ 08 ਆਫ 2021 ਵਾਰਡਨ ਮੈਟਰਨ ਜੇਲ੍ਹਾਂ ਦੀ ਭਰਤੀ ਸੰਬੰਧੀ ਠੀਕ ਹੈ ਜੀ ਇਹ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਲਿਖਿਆ ਪ੍ਰੋਪਰ ਵਿਸ਼ਾ ਅੰਕਿਤ ਭਰਤੀ ਪ੍ਰਕਿਰਿਆ ਸੰਬੰਧੀ ਜਨਤਕ ਸੂਚਨਾ ਮਿਤੀ 7 1 2022 ਅਤੇ ਜਨਤਕ ਸੂਚਨਾ ਮਿਤੀ 14 1 2022 ਮੁਤਾਬਕ ਸਰੀਰਕ ਮਾਪਦੰਡ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਵਿੱਚ ਯੋਗ ਪਾਇਆ ਜਾਣੋ ਗਏ ਉਮੀਦਵਾਰਾਂ ਨੂੰ ਮਿਤੀ 18 ਜਨਵਰੀ 2022 ਤੋਂ ਮਿਤੀ 3 ਫਰਵਰੀ 2022 ਤੱਕ ਕਾਉਂਸਲਿੰਗ ਲਈ ਸੱਦਾ ਦਿੱਤਾ ਗਿਆ ਸੀ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਸਾਰਾ ਇਹ ਹੋਇਆ ਸੀਗਾ ਕਿ ਉਹਨਾਂ ਨੇ ਬੁਲਾਇਆ ਸੀਗਾ 18 ਤਰੀਕ ਤੋਂ ਤੁਹਾਨੂੰ ਕਿਹਾ ਸੀਗਾ ਵੀ ਕਾਉਂਸਲਿੰਗ ਹੈ ਜਿਹੜੀ ਸਟਾਰਟ ਆ ਹੈਨਾ ਤੇ ਕਿਉਂ ਹੋਈ ਹੈ ਰੱਦ ਇਹ ਕੀ ਇਹਦਾ ਰੀਜ਼ਨ ਉਹ ਵੀ ਦੇਖ ਲਓ ਕੋਵਿਡ-19 ਦੀ ਤੀਜੀ ਲਹਿਰ ਦੇ ਵਾਧੇ ਪ੍ਰਭਾਵ ਕਾਰਨ ਪ੍ਰਭਾਵ ਅਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੇ ਸਨਮੁਖ ਇਹ ਕਾਉਂਸਲਿੰਗ ਅਗਲੇ ਹੁਕਮਾ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਦੇਖ ਲਓ ਦੋਸਤੋ ਇਹਨਾਂ ਨੇ ਲਿਖਿਆ ਇੱਥੇ ਕਿ ਜਿਹੜੀ ਕੋਵਿਡ ਦੀ ਤੀਸਰੀ ਲਹਿਰ ਆ ਹਨਾ ਜੀ ਜਿਹੜਾ ਓਮੀ ਕਰੋਨਾ ਸ਼ਾਇਦ ਕਹਿ ਰਹੇ ਨਾ ਇਸ ਤਰ੍ਹਾਂ ਦਾ ਕੋਈ ਤਾਂ ਉਹਦੇ ਰਿਗਾਰਡਿੰਗ ਆ ਜਿਹੜੀ ਭਰਤੀ ਹੈ ਭਰਤੀ ਦੀ ਕਾਉਂਸਲਿੰਗ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਫਿਲਹਾਲ ਦੇ ਲਈ ਤੇ ਉਹਨਾਂ ਨੇ ਕੀ ਲਿਖਿਆ ਹੈ ਕਾਉਂਸਲਿੰਗ ਦੀਆਂ ਮਿਤੀਆਂ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕਰ ਦਿੱਤੀ ਜਾਣਗੀਆਂ। ਠੀਕ ਹੈ ਜੀ ਉਮੀਦਵਾਰ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਵਿਜ਼ਿਟ ਕਰਦੇ ਰਹਿਣਗੇ ਠੀਕ ਹੈ ਜੀ ਡੇਟ ਦੇਖ ਸਕਦੇ ਤੁਸੀਂ 16 1 2021 2022 ਠੀਕ ਹੈ ਜੀ ਤੇ ਅੱਜ ਦੀ ਇਹ ਪ੍ਰੋਪਰ ਲੇਟੈਸਟ ਅਪਡੇਟ ਹੈ ਤੁਸੀਂ ਜਾ ਕੇ ਅਫੀਸ਼ੀਅਲ ਵੈਬਸਾਈਟ ਤੇ ਇਹ ਚੈੱਕ ਕਰ ਸਕਦੇ ਹੋ ਤੇ ਜੋ ਵੀ ਇਹਦੀ ਅਗਲੀ ਕਾਉਂਸਲਿੰਗ ਕਦੋਂ ਹੋਣੀ ਹੈ ਸਭ ਕੁਝ ਤੁਹਾਨੂੰ ਬੋਰਡ ਦੀ ਜਿਹੜੀ ਵੈਬਸਾਈਟ ਹੈ ਉਸ ਤੇ ਪ੍ਰੋਵਾਈਡ ਹੋ ਜਾਏਗਾ ਨਹੀਂ ਤਾਂ ਤੁਹਾਨੂੰ ਮੇਰੇ ਚੈਨਲ ਤੇ ਹਰ ਇੱਕ ਅਪਡੇਟ ਆ ਜਿਹੜੀ ਸਭ ਤੋਂ ਪਹਿਲਾਂ ਮਿਲੇ ਜਾਂਦੀ ਹੈ ਜੀ ਤਾਂ ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਦੀ ਤੇ ਜੋ ਵੀ ਬੱਚੇ ਇਸ ਦੀ ਤਿਆਰੀ ਕਰ ਰਹੇ ਸੀਗੇ ਹਨਾ ਜੀ ਅ ਕਿ ਉਹਨਾਂ ਦੀ ਕਾਉਂਸਲਿੰਗ ਹੈ ਜੇ ਲੋਰਡਨ ਵਾਲਿਆਂ ਦੀ ਤਾਂ ਉਹ ਕੋਈ ਵੀ ਬੱਚਾ ਜਿਹੜਾ ਕਾਉਂਸਲਿੰਗ ਦੇ ਲਈ ਨਾ ਜਾਵੇ ਠੀਕ ਹੈ ਜੀ ਜਦੋਂ ਵੀ ਕੋਈ ਨਿਊ ਅਪਡੇਟ ਆਂਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਦ ਤੱਕ ਜੇ ਕਿਸੇ ਬੱਚੇ ਦਾ ਕੋਈ ਸਰਟੀਫਿਕੇਟ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹਨਾ ਤਾ ਉਹ ਠੀਕ ਕਰਵਾ ਸਕਦਾ ਹੈ ਕਈ ਹਾਲੇ ਵੀ ਇਸ ਤਰ੍ਹਾਂ ਦੇ ਮਹਾਨਪੁਰਖ ਹੋਣੇ ਨੇ ਜਿਨ੍ਹਾਂ ਨੇ ਹਾਲ ਤੱਕ ਆਪਣਾ ਕਈ ਵਾਰ ਉਹਨਾਂ ਦਾ ਨਾਮ ਗਲਤ ਹੁੰਦਾ ਹੈ ਕਦੇ ਕੋਈ ਪ੍ਰੋਬਲਮ ਹੁੰਦੀ ਹੈ ਡਾਕੂਮੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਹੈ ਨਾ ਤਾਂ ਸੇਮ ਮੈਨੂੰ ਕਮੈਂਟਸ ਦੇ ਵਿੱਚ ਆ ਕਈ ਵਾਰ ਕਾਲ ਆਉਂਦੇ ਨੇ ਤਾਂ ਬੱਚੇ ਇਸ ਤਰ੍ਹਾਂ ਦੇ ਕਰਦੇ ਨੇ ਸਵਾਲ ਤੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਹਾਂ ਸਾਡੇ ਡਾਕੂਮੈਂਟ ਦੇ ਵਿੱਚ ਆ ਗਲਤੀ ਹੈ ਤਾਂ ਉਹਨਾਂ ਬੱਚਿਆਂ ਲਈ ਖੁਸ਼ਖਬਰੀ ਵੀ ਹੈ ਜਿਨ੍ਹਾਂ ਬੱਚਿਆਂ ਦੇ ਡਾਕੂਮੈਂਟ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਉਹਨਾਂ ਨੇ ਠੀਕ ਕਰਨ ਲਈ ਦਿੱਤਾ ਹੋਇਆ ਸੀਗਾ ਤਾਂ ਜਲਦੀ ਤੋਂ ਜਲਦੀ ਤੁਸੀਂ ਵੀ ਆਪਣੇ ਡਾਕੂਮੈਂਟਾਂ ਜਿਹੜੇ ਸਾਰੇ ਚੈੱਕ ਕਰ ਲਿਓ ਤਾਂ ਕਿ ਤੁਹਾਨੂੰ ਜੇਲ ਵਾਰਡਨ ਦੀ ਭਰਤੀ ਦੇ ਵਿੱਚ ਜਿਹੜੀ ਕਾਉਂਸਲਿੰਗ ਹੋਣੀ ਆ ਤੁਹਾਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਤੇ ਤੁਸੀਂ ਅਗਲੇ ਪ੍ਰੋਸੈਸ ਤੇ ਲਈ ਜਾ ਸਕੋ ਜੋ ਵੀ ਨੈਕਸਟ ਪ੍ਰੋਸੈਸ ਹੋਏਗਾ ਤਾਂ ਇਹ ਸੀਗੀ ਦੋਸਤੋ ਅੱਜ ਦੀ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਤੁਹਾਨੂੰ ਜਾਣਕਾਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਤੁਹਾਡੇ ਸਾਰਿਆਂ ਦੇ ਲਈ ਇੰਨੇ ਪਿਆਰ ਦੇ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮੱਚ